ਸੋ ਤੁਸੀਂ ਰਿਕਾਲ ਦੀ ਸਾਰਿਆਂ ਨੂੰ ਜਨਰਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਅੱਜ 2 ਨਵੰਬਰ ਰਾਤ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅੱਜ ਦੇਰ ਸ਼ਾਮ ਤੋਂ ਕੱਲ ਸਵੇਰ ਤੱਕ ਪੂਰੀ ਦਾਤ ਕੀ ਮੌਸਮੀ ਗਤੀਵਿਧੀਆਂ ਹੋਣਗੀਆਂ ਤੋ ਜਿਵੇਂ ਕਿ ਅੱਜ ਆਪਾਂ ਦੇਖਿਆ ਕਿ ਦੁਪਹਿਰ ਤੋਂ ਬਾਅਦ ਸ਼ਾਮ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਟੁੱਟਵੇਂ ਰੂਪ ਵਿੱਚ ਬੱਦਲ ਬਾਈਨਾਂ ਹਲਕੇ ਫੁਲਕੇ ਮੀਂਹ ਦੇ ਸ਼ਰਾਟੇ ਕਣੀਆਂ ਦਾ ਮਾਹੌਲ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਕੁਝ ਭਾਗਾਂ ਵਿੱਚ ਦੇਖਣ ਨੂੰ ਮਿਲਿਆ ਜਿਦੇ ਵਿੱਚ ਖਾਸ ਤੌਰ ਤੇ ਕੁਝ ਮੱਧ ਪੰਜਾਬ ਦੇ ਲੁਧਿਆਣੇ ਦੇ ਇਲਾਕੇ ਹੋਗੇ ਕੁਝ ਆਪਣੇ ਹੁਸ਼ਿਆਰਪੁਰ ਨਾਲ ਦੇ ਹੋਗੇ ਤੇ ਕੁਝ ਇਹਦੇ ਵਿੱਚ ਯਾਨੀ ਕਿ ਮੇਨ ਤੌਰ ਤੇ ਇਹਦੇ ਕੁਝ ਉੱਤਰੀ ਇਲਾਕੇ ਤੇ ਮੱਧ ਪੰਜਾਬ ਦੇ ਭਾਗ ਨੇ ਉਸ ਇਹਨਾਂ ਵਿੱਚ ਟੁੱਟਵੇਂ ਰੂਪ ਵਿੱਚ ਕੁਝ ਹਿੱਸਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਨੇ ਤੇ ਹੁਣ ਗੱਲ ਕਰੀਏ ਦੇਰ ਸ਼ਾਮ ਤੋਂ ਤਾਂ ਦੇਰ ਸ਼ਾਮ ਤੋਂ ਆਪਾਂ ਨੂੰ ਲਗਭਗ 7-8 ਵਜੇ ਤੋਂ ਹੁਸ਼ਿਆਰਪੁਰ ਦੇ ਇਲਾਕੇ ਜਿਹੜੇ ਮੇਨ ਕੁਝ ਸਰਹੱਦੀ ਇਲਾਕੇ ਹੋਣਗੇ ਜਿਹੜੇ ਕਿ ਹਿਮਾਚਲ ਦੇ ਨੇੜੇ ਪੈਂਦੇ ਨੇ ਸੋ ਇਨ੍ਹਾਂ ਤਰਾਈ ਭਾਗਾਂ ਵਿੱਚ ਬੱਦਲਬਾਈ ਦੀ ਗਰਜ ਚਮਕ ਦੇ ਤੇ ਹਲਕਾ ਫੁਲਕਾ ਮੀਂਹ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੇ ਅਜਿਹਾ ਹੀ ਮਾਹੌਲ ਰੂਪਨਗਰ ਨੰਗਲ ਆਨੰਦਪੁਰ ਸਾਹਿਬ ਤੱਕ ਦੇ ਇਲਾਕੇ ਹੋਗੇ ਤੇ ਕੁਝ ਚੰਡੀਗੜ੍ਹ ਮੁਹਾਲੀ ਕੋਰਾਲੀ ਸਾਈਡ ਦੇ ਜੋ ਇਲਾਕੇ ਨੇ ਇਨ੍ਹਾਂ ਭਾਗਾਂ ਵਿੱਚ ਵੀ ਬੱਦਲਬਾਈ ਥੋੜਾ ਬਹੁਤ ਗਰਜ ਚਮਕ ਦਾ ਮਾਹੌਲ ਤੇ ਹਲਕੇ ਫੁਲਕੇ ਛਰਾਟੇ ਕਣੀਆਂ ਉਸ ਤੋਂ ਬਿਨਾਂ ਬਾਕੀ ਪੰਜਾਬ ਦੇ ਇਲਾਕਿਆਂ ਵਿੱਚ ਮੌਸਮ ਅਡਾ ਰਾਤ ਦੇ ਜਿਵੇਂ ਜ਼ਿਆਦਾਤਰ ਸਾਫ਼ ਅਤੇ ਹੌਸ਼ਕੀ ਰਹੂਗਾ ਅੱਧੀ ਰਾਤ ਤੋਂ ਬਾਅਦ ਤੜਕੇ ਸਮੇਂ ਦੇ ਆਸ-ਪਾਸ ਫਿਰ ਪੰਜਾਬ ਦੇ ਜਿਹੜੇ ਉੱਤਰੀ ਤਰਾਈ ਭਾਗ ਹੋਣਗੇ ਸੋ ਇਸ ਸਮੇਂ ਹੁਣ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਾਂ ਲਗਭਗ ਜਿਹੜੇ ਪੰਜਾਬ ਦੇ ਇਹ ਸਾਰੇ ਇਲਾਕੇ ਆ ਜਾਂਦੇ ਨੇ ਸੋ ਇਹਨਾਂ ਭਾਗਾਂ ਦੇ ਵਿੱਚ ਆਪਾਂ ਨੂੰ ਤੜਕੇ ਸਵੇਰ ਸਮੇਂ ਦੇ ਆਸ-ਪਾਸ ਫਿਰ ਮੌਸਮੀ ਗਤੀਵਿਧੀਆਂ ਬਦਲਬਾਜ਼ ਰੂਪ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਕੁਝ ਇੱਕ ਦੋ ਭਾਗਾਂ ਵਿੱਚ ਆਪਾਂ ਮੀਂਹ ਤੋਂ ਵੀਨ ਕਰ ਨਹੀਂ ਕਰ ਸਕਦੇ ਹਲਕਾ ਫੁਲਕਾ ਮੀਂਹ ਝਰਾਟੇਦਾਰ ਦੇਖਣ ਨੂੰ ਮਿਲ ਸਕਦਾ ਹੈ ਫੇਸ ਤੋਂ ਮੈਨਾਂ ਜਿਹੜੇ ਦੱਖਣ ਪੱਛਮੀ ਇਲਾਕੇ ਜਿਵੇਂ ਮਾਨਸਾ ਬਟਿੰਡਾ ਸੰਗਰੂਰ ਬਰਨਾਲਾ ਮੋਗਾ ਜ਼ਿਲ੍ਹਾ ਹੋ ਗਿਆ ਫਾਜ਼ਿਲਕਾ ਫਰੀਦਕੋਟ ਦੇ ਲਫਰੋਜਪੁਰ ਦੇ ਭਾਗ ਹੋਗੇ ਤਰਨਤਨ ਸਾਹਿਬ ਹੋ ਗਿਆ ਇਹ ਭਾਗ ਜਿਹੜੇ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਹੀ ਬਣੇ ਰਹਿਣਗੇ ਹਵਾਵਾਂ ਰਾਤ ਦੇ ਸਮੇਂ ਦੱਖਣ ਪੂਰਬ ਦਿਸ਼ਾ ਤੋਂ ਵਗਣਗੀਆਂ ਤੇ ਸਵੇਰ ਦੇ ਸਮੇਂ ਤੋਂ ਫਿਰ ਪੱਛਮੀ ਹਵਾਵਾਂ ਦੀ ਵਾਪਸੀ ਸੂਬੇ ਦੇ ਜ਼ਿਆਤਰ ਹਿੱਸਿਆਂ ਦੇ ਵਿੱਚ ਹੋ ਜਾਵੇਗੀ